ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਐਨਡੀਪੀਐਸ ਐਕਟ ਤਹਿਤ ਦਰਜ ਇੱਕ ਮਾਮਲੇ ਦੇ ਸਬੰਧ ਵਿੱਚ ਚੱਲ ਰਹੇ ਕੇਸ ਦੌਰਾਨ ਜਗਦੀਸ਼ ਪੋਲਾ ਸਮੇਤ 13 ਮੁਲਜ਼ਮਾਂ ਨੂੰ ਪਟਿਆਲਾ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਜਸਟਿਸ ਐਸਐਸ ਮਾਨ ਵੱਲੋਂ ਮਾਮਲੇ ਦੀ ਸੁਣਵਾਈ ਕੀਤੀ ਗਈ ਅਤੇ ਅਗਲੀ ਸੁਣਵਾਈ 4 ਮਈ ਨੂੰ ਕਰਨ ਦੇ ਨਿਰਦੇਸ਼ ਦਿੱਤੇ ਗਏ ਇਸੇ ਦਿਨ ਗਵਾਹਾਂ ਦੇ ਬਿਆਨ ਲਏ ਜਾਣਗੇ ਮਾਮਲੇ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਵਕੀਲ ਦਰਸ਼ਨ ਸਿੰਘ ਨੇ ਦੱਸਿਆ ਕਿ ਪਹਿਲਾਂ ਇਸ ਕੇਸ ਦੀ ਸੁਣਵਾਈ ਫਤਿਹਗੜ੍ਹ ਸਾਹਿਬ ਵਿੱਚ ਹੁੰਦੀ ਸੀ ਪਰ ਬਾਅਦ ਵਿੱਚ ਪੋਲਾ ਨਾਲ ਜੁੜੇ ਸਾਰੇ ਕੇਸਾਂ ਦੀ ਸੁਣਵਾਈ ਪਟਿਆਲਾ ਦੀ ਸੀਬੀਆਈ ਅਦਾਲਤ ਹਵਾਲੇ ਕੀਤੀ ਗਈ ਇਹ ਸਾਰੇ ਮੁਲਜ਼ਮ ਜਿਹੜੇ ਨੇ ਜਿਹਦੇ 'ਚ ਜਗਦੀਪ ਸਿੰਘ ਭੋਲਾ ਹੈ ਗਾਭਾ ਹੈ ਅਤੇ ਦਵਿੰਦਰ ਸਿੰਘ ਹੈਪੀ ਆ ਰਕੇਸ਼ ਸਾਧੂ ਕੁਲਵੀਰ ਸਿੰਘ ਇਹ ਸਾਰੇ ਦੋਸ਼ੀ ਟੋਟਲ 13 ਦੋਸ਼ੀ ਜਿਹੜੇ ਅੱਜ ਮਤਲਬ ਇਸ ਅਦਾਲਤ ਪੇਸ਼ ਹੋਏ ਨੇ ਅਤੇ ਇਸ ਅਦਾਲਤ ਇਹ ਕੇਸ ਜਿਹੜਾ ਐਵੀਡੈਂਸ 'ਤੇ ਲੱਗਿਆ ਹੋਇਆ ਹੈ ਜਿਹਦੇ ਵਿੱਚ ਅਗਲੀ ਤਰੀਕ ਜਿਹੜੀ ਆ ਹੁਣ ਮਾਨਯੋਗ ਅਦਾਲਤ ਵੱਲੋਂ 4/5/2017 ਪਾਈ ਗਈ ਆ ਅਤੇ ਉਦੋਂ ਇਸ ਕੇਸ ਦੇ ਵਿੱਚ ਗਵਾਹੀ ਜਿਹੜੀ ਆ ਪ੍ਰੋਸੀਕਿਊਸ਼ਨ ਵੱਲੋਂ ਚੱਲੂਗੀ